ਸਿੱਧੂ ਮੂਸੇਵਾਲਾ ਦਾ ਯਾਰ ਤੇ ਪੰਜਾਬੀ ਸਿੰਗਰ ਆਰਨੇਤ, ਜਿਸ ਨੇ ਇੱਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਲਿਖਿਆ ਕਿ ਦੁਨੀਆ ਨੇ ਆਉਣਾ ਤੇ ਚਲੇ ਜਾਣਾ, ਪਰ ਤੇਰਾ ਜ਼ਿਕਰ ਹੁੰਦੇ ਰਹਿਣਾ ਭਰਾ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਅਖੀਰਲੇ ਦਿਨਾਂ ਵਿੱਚ ਸਭ ਤੋਂ ਜ਼ਿਆਦਾ ਨਾਲ ਰਹਿਣ ਵਾਲੇ ਯਾਰ ਤੇ ਰਾਈਟਰ ਗਿੱਲ ਰਮਤਾ ਨੇ ਵੀ ਸਿੱਧੂ ਮੂਸੇਵਾਲਾ ਬਾਰੇ ਪਹਿਲੀ ਵਾਰ ਅਜਿਹੀ ਗੱਲਾਂ ਦਾ ਖੁਲਾਸਾ ਕੀਤਾ ਜੋ ਸ਼ਾਇਦ ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ। ਗੱਲ ਕਰਦਾ ਵੀ ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ ਹਨ, ਉਹਦੇ ਇਹਨਾਂ ਦੇ ਤਾਇਆ ਜੀ ਦੀ ਬੇਟੀ ਇਹਦੀ ਭੈਣ ਹੈ ਨਾ, ਤਾਂ ਉਹਦੇ ਮੈਨੂੰ ਦੱਸਦਾ ਰਿਹਾ ਮੈਂ ਵੀ ਇਹ ਗਾਣਾ ਕਿੱਦਾਂ ਲਿਖਿਆ, ਤਾਂ ਆਪਦੀ ਭੈਣ ਕੋਲ ਗਿਆ ਇਹ, ਤਾਂ ਉਹ ਇਹਦਾ ਵਿਆਹ ਰੱਖਿਆ ਹੋਇਆ ਸੀਗਾ। ਹਾਂ, ਤਾਂ ਉਹ ਕਹਿੰਦੀ ਵੀ ਗੱਗੂ ਤੂੰ ਸੋਹਣਾ ਹੁੰਦਾ ਜਾਣਾ ਹੈ ਨਾ, ਤਾਂ ਕਹਿੰਦਾ ਬਸ ਏ ਸੀ 'ਚ ਰਹੀਦਾ ਹੁਣ ਤਾਂ ਹਜੇ ਤਾਂ ਮੈਂ ਹੋਰ ਸੋਹਣਾ ਹੋ ਜਾਣਾ, ਅਤੇ ਉਦੇ ਕਹਿੰਦਾ ਮੈਂ ਸ਼ੀਸ਼ੇ ਮੂਹਰੇ ਖੜ੍ਹ ਕੇ ਅਤੇ ਐਂ ਵੇਖਿਆ, ਕਹਿੰਦਾ ਝਲਕਾਰਾ ਪਿਆ ਕਹਿੰਦਾ ਯਾਰ ਮੈਨੂੰ ਉਦੇ, ਅਤੇ ਉਦੇ ਕਹਿੰਦਾ ਮੈਂ ਫਿਰ ਉਹਦੇ ਗਾਣਾ ਲਿਖਿਆ। ਯਾਨੀ ਉਹਨੂੰ ਮਹਿਸੂਸ ਹੋਇਆ ਵੀ ਬਹੁਤ ਸੋਹਣਾ ਲੱਗਿਆ ਕੁਦਰਤੀ ਆਪਦਾ ਆਪ ਜਾਂ ਕਿਵੇਂ, ਤਾਂ ਇੱਕ ਕੁਦਰਤੀ ਸੀ ਵੀ ਬਾਵਾ ਜੀ ਪੱਗ ਬੰਨੀ ਉਹਨੇ ਅਖੀਰਲੇ ਦਿਨਾਂ 'ਚ ਬਾਈ, ਬਹੁਤ ਯਾਨੀ ਕਿ ਨਾ ਉਹ ਸਾਧਾ ਰੰਗੀ ਜੀ ਪੱਗ ਆ, ਉਹ ਬਹੁਤ ਬੰਨੀ ਉਹਨੇ ਅਖੀਰਲੇ ਦਿਨਾਂ 'ਚ, ਅਤੇ ਉਹ ਪੱਗ ਜੀ 'ਚ ਉਹ ਇੰਨਾ ਜੱਚਦਾ ਸੀ ਵੀ ਜਿਵੇਂ ਇੱਕ ਆਪਾਂ ਆਮ ਪੁਰਾਣੇ ਬਜ਼ੁਰਗ ਕਹਿੰਦੇ ਵੀ ਉਹਨੂੰ ਕਾਲ ਚੱਕੀ ਫਿਰਦਾ ਸੀ ਹੈ ਨਾ, ਤਾਂ ਉਹ ਐਂ ਉਹਨਾਂ ਦਿਨਾਂ 'ਚ ਆ ਕੇ ਫਿਰ ਉਹ ਭਰ ਗਿਆ ਡੀਲ ਡੋਲ ਪੱਖ ਤੋਂ, ਜਦੋਂ ਸੱਚੀ ਉਹਦੇ ਪਿੱਛੇ ਖੜ੍ਹਾ ਬੰਦਾ ਨਹੀਂ ਦਿੰਦਾ ਸੀਗਾ ਬਿਲਕੁਲ, ਐਡਾ ਜਿਵੇਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਹਾਂ ਉਹ ਐਡਾ ਜਵਾਨ ਹੋ ਗਿਆ ਜੀ।